ਏਪੀਐਸ ਗੋਇਲ ਵਰਗੇ ਮੀਰ ਮਨੂ ਇਹ ਨਿਤ ਬਿਆਨ ਦਾਗਦੇ ਹਨ ਕਿ ਮਾਣੋਚਾਲ ਨੂੰ ਆਤਮ ਸਮਰਪਣ ਕਰ ਦੇਣਾ ਚਾਹੀਦਾ ਹੈ, ਨਹੀਂ ਤਾਂ ਇਹ ਵੀ ਦੂਸਰਿਆਂ ਵਾਂਗੂ ਮਾਰਿਆ ਜਾਵੇਗਾ। ਤੇ ਤੁਸੀਂ ਆਪਣੇ ਗ੍ਰਹਿ ਮੰਤਰੀ, ਡਿਫੈਂਸ ਮੰਤਰੀ, ਡਿਫੈਂਸ ਮਿਨਿਸਟਰ ਨੂੰ ਤੇ ਗ੍ਰਹਿ ਮੰਤਰੀ ਤੇ ਇਸੇ ਤਰ੍ਹਾਂ ਪ੍ਰਧਾਨ ਮੰਤਰੀ ਨੂੰ ਲਾ ਕੇ ਆਓ, ਕਿਉਂ ਲੋਕਾਂ ਦੇ ਪੁੱਤ ਮਰਵਾਉਂਦੇ ਹਾਂ। ਐਪ ਵਿੱਚ ਦੋ ਦੋ ਹੱਥ ਕਰਕੇ ਵੇਖ ਲਈਏ, ਤੁਹਾਨੂੰ ਵੀ ਆਪਣੇ ਜ਼ੋਰ ਦਾ ਪਤਾ ਲੱਗ ਜਾਵੇ ਤੇ ਮੈਨੂੰ ਵੀ ਆਪਣੇ ਜ਼ੋਰ ਦਾ ਪਤਾ ਲੱਗ ਜਾਵੇ। ਮੈਂ ਆਵਾਂਗਾ ਆਪਣੇ ਗੁਰੂ ਦੇ ਭਰੋਸੇ ਤੇ, ਤੁਸੀਂ ਆਓ ਆਪਣੇ ਹਥਿਆਰਾਂ ਦੇ ਭਰੋਸੇ ਤੇ, ਤੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਮੈਦਾਨ ਦੇ ਵਿੱਚ ਸਾਰਿਆਂ ਦੇ ਚਾਹ ਲੈ ਜਾਣਗੇ। ਸੋ ਜੇ ਤੁਹਾਡੇ ਵਿੱਚ ਜ਼ਮੀਰ ਨਾਂ ਦਾ ਕੋਈ ਰੰਚਕ ਮਾਤਰ ਵੀ ਬਚਿਆ ਹੈ ਤੇ ਮੈਨੂੰ ਤੁਹਾਡਾ ਚਾਹ ਨੂੰ ਪ੍ਰਵਾਨ ਹੈ, ਮੈਂ ਆਤਮ ਸਮਰਪਣ ਤੁਹਾਨੂੰ ਕਰਨਾ ਆਵਾਂਗਾ। ਪਰ ਤੁਸੀਂ ਆਇਓ ਪੰਜੇ ਸੱਤ ਇਕੱਠੇ ਹੋ ਗਏ ਤੇ ਜਿਹੜਾ ਆਤਮ ਸਮਰਪਣ ਦੂਜੇ ਤੋਂ ਕਰਾ ਲਏਗਾ ਉਹ ਬੰਨ੍ਹ ਕੇ ਲੈ ਚੱਲੇਗਾ, ਗੱਲ ਇੱਕ ਬੰਨੇ ਲੱਗ ਜਾਵੇਗੀ।